ਕਰਾਮਾਤ ਦੇ ਮੁਤਲਕ ਜਿਹੜੇ ਨਾ ਸੁਣਿਆ ਸੀ ਵੀ ਉਹ ਸ਼ੇਰ ਦੀ ਸਵਾਰੀ ਕਰਦੇ ਰਹੇ ਸਨ ਜਾਂ ਇਸ ਤੋਂ ਇਲਾਵਾ ਹੋਰ ਜਿਹੜੀ ਕੋਈ ਕਰਾਮਾਤ ਹੈ ਉਹਦੇ ਮੁਤਲਕ ਸਾਨੂੰ ਥੋੜ੍ਹੀ ਜਿਹੀ ਮਲੂਮਾਤ ਦੇ ਦਿਓ ਤੇ ਮਿਹਰਬਾਨੀ ਨਾਲ। ਇਹ ਜਨਾਬ ਮਾਲੂਮਾਤ ਇਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਬਜ਼ੁਰਗਾਂ ਕੋਲੋਂ ਸੀ ਨਾ ਬਸ ਇਹ ਨਾ ਮਿਲੀ ਇਹ ਨਾ ਗੱਲ ਜੀ ਜੀ ਉਸ ਤਰ੍ਹਾਂ ਤੁਹਾਨੂੰ ਦੱਸਣੇ ਜਦੋਂ ਸਰਕਾਰ ਇੱਥੇ ਆਏ ਨੇ ਨਾ ਇਸ ਜਗ੍ਹਾ 'ਤੇ ਜੀ ਜੀ ਅਤੇ ਇੱਥੇ ਜਿਹੜੇ ਉਹ ਹਿੰਦੂ ਰਾਜਾ ਸੀ ਨਾ ਜਿਹਦੀ ਹਕੂਮਤ ਸੀ ਇੱਥੇ ਯਾਨੀ ਉਹ ਇੱਥੇ ਤਖਤ ਲਾਉਂਦਾ ਰਿਹਾ ਜਿੱਥੇ ਅਸੀਂ ਬੈਠੇ ਹਾਂ ਨਾ ਜਿਸ ਵਕਤ ਜਿੱਥੇ ਦਰਬਾਰ ਹੈ ਇਸ ਜਗ੍ਹਾ 'ਤੇ ਇੱਥੇ ਠੀਕ ਹੋ ਗਿਆ ਤਖਤ ਹੁੰਦਾ ਸੀ ਇੱਥੇ ਉਹ ਫੈਸਲੇ ਕਰਦਾ ਸੀ ਠੀਕ ਅਤੇ ਜ਼ਾਲਮ ਰਾਜਾ ਸੀ ਤਾਂ ਸਰਕਾਰ ਨੂੰ ਆਪਣੇ ਮੁਰਸ਼ਦ ਦੀ ਤਰਫੋਂ ਆਰਡਰ ਹੋਇਆ ਕਿ ਤੁਸੀਂ ਉੱਥੇ ਚਲੇ ਜਾਓ ਜੀ ਜੀ ਸਰਕਾਰ ਨੇ ਇੱਥੇ ਆ ਕੇ ਆਪਣਾ ਆਸਣ ਲਾ ਲਿਆ ਮਾਸ਼ਾ ਅੱਲਾਹ ਜਿਹੜੇ ਆਸਣ ਲਾਇਆ ਤਾਂ ਉਹ ਕਹਿਣ ਲੱਗੇ ਰਾਜੇ ਕਿ ਜੀ ਅਸੀਂ ਇਹ ਸਾਡੇ ਦਲ ਦੀ ਜਗ੍ਹਾ ਤੁਸੀਂ ਕਿਤੇ ਹੋਰ ਜਗ੍ਹਾ ਲਾ ਲਓ ਅਤੇ ਇਹ ਜਗ੍ਹਾ ਛੱਡ ਦਿਓ ਠੀਕ ਹੈ ਸਰਕਾਰ ਨੇ ਫਰਮਾਇਆ ਕਿ ਦੇਖੋ ਗੱਲ ਇਹ ਹੈ ਕਿ ਅਸੀਂ ਹੁਣ ਇੱਥੇ ਆ ਗਏ ਅਤੇ ਤੁਸੀਂ ਇੱਥੋਂ ਹੁਣ ਜਾਣਾ ਤੁਸੀਂ ਜਾਣਾ ਅਤੇ ਲਿਹਾਜ਼ਾ ਅੱਜ ਚਲੇ ਜਾਓ ਕੱਲ੍ਹ ਚਲੇ ਜਾਓ ਪਰਸੋਂ ਚਲੇ ਜਾਓ ਅਤੇ ਤੁਸੀਂ ਹੁਣ ਇੱਥੋਂ ਚਲੇ ਜਾਓ ਠੀਕ ਹੋ ਗਿਆ ਕਿਉਂਕਿ ਤੁਹਾਡਾ ਇੱਥੇ ਰਹਿਣਾ ਜਿਹੜਾ ਨਾ ਹੁਣ ਨਹੀਂ ਤੁਸੀਂ ਜੋ ਕੁਛ ਕਰਨਾ ਸੀ ਉਹ ਕਰ ਲਿਆ ਹੁਣ ਇੱਥੇ ਮੈਨੂੰ ਹੁਕਮ ਹੋ ਗਿਆ ਸੀ ਮੇਰੇ ਮੁਰਸ਼ਦ ਦੀ ਤਰਫੋਂ ਕਿ ਜਗ੍ਹਾ 'ਤੇ ਮੈਂ ਰਹਿਣਾ ਇੱਥੇ ਉਹਨਾਂ ਨੇ ਕੀ ਕੀਤਾ ਕਿ ਜਨਾਬ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਹਿਲੇ ਜੀ ਫਿਰ ਉਹਨਾਂ ਨੇ ਸੋਚਿਆ ਕਿ ਚਲੋ ਯਾਰ ਬਾਬਾ ਇਹਦੇ ਨਾਲ ਲੜਨਾ ਕੀ ਹੈ ਅਤੇ ਇਹਨਾਂ ਨੂੰ ਇਸ ਤਰ੍ਹਾਂ ਕਰਨਾ ਫਿਰ ਰੋਟੀ 'ਚ ਜ਼ਹਿਰ ਪਾ ਕੇ ਦਿੰਦੇ ਹਾਂ ਠੀਕ ਜੇ ਆਪੇ ਪੁਰਬਾ ਸ਼ੋਰ ਦੇ ਨਾਲ ਦਰਿਆ ਵਗਦਾ ਸੀ ਇਹ ਦਰਿਆ ਜਿਹੜਾ ਉਹਦੇ ਨਾਲ ਵਗਦਾ ਸੀ ਰਾਵੀ ਜਿਹੜਾ ਬਿਲਕੁਲ ਨਾਲ ਸੀ ਇਹ ਉਸ ਨਾਲ ਨਾਲ ਵਗਦਾ ਰਿਹਾ ਠੀਕ ਹੋ ਗਿਆ ਤੇ ਚੁੱਕ ਕੇ ਦਰਿਆ ਸੁੱਟ ਦਿਆਂਗੇ ਐਵੇਂ ਵੀ ਉੱਥੇ ਖੱਪ ਪਾਣੀ ਉਹਨਾਂ ਨੇ ਇਸ ਤਰ੍ਹਾਂ ਕੀਤਾ ਜਨਾਬ ਰੋਟੀ 'ਚ ਜ਼ਹਿਰ ਪਵਾ ਕੇ ਤੇ ਲੈ ਆਉਂਦਾ ਅਤੇ ਉਹ ਨੌਕਰ ਉਹਨਾਂ ਦਾ ਲੈ ਕੇ ਤੇ ਆ ਗਿਆ ਬਣਾ ਕੇ ਜੀ ਇਹ ਰੋਟੀ ਭੇਜੀ ਜੀ ਸਰਕਾਰ ਫਰਮਾਉਂਦੇ ਨਾ ਸਾਡੇ ਵਾਸਤੇ ਰੋਟੀ 'ਚ ਜ਼ਹਿਰ ਪਾ ਕੇ ਲਾਏ ਹੋ ਜੀ ਅਸੀਂ ਨਹੀਂ ਜਨਾਬ ਮੈਂ ਤਾਂ ਨੌਕਰ ਹਾਂ ਮੈਨੂੰ ਨਹੀਂ ਪਤਾ ਸਰਕਾਰ ਫਰਮਾਉਂਦੇ ਬਹਿ ਜਾ ਤੁਹਾਨੂੰ ਦੱਸਣੇ ਆਪਣੇ ਕੋਲ ਕੁੱਤਾ ਇਸ ਰਜ਼ਾਕ ਸਰਕਾਰ ਕੋਲ ਬੈਠਾ ਹਾਂਜੀ ਸਰਕਾਰ ਨੇ ਰੋਟੀ ਤੋੜ ਕੇ ਕੁੱਤੇ ਨੂੰ ਪਾਈ ਤਾਂ ਕੁੱਤਾ ਮਰ ਗਿਆ ਉਸੇ ਵੇਲੇ ਤੜਫ ਕੇ ਮਰ ਗਿਆ ਚਲੇ ਜੇ ਮਰਿਆ ਹੀ ਹੈ ਤਾਂ ਸਰਕਾਰ ਨੇ ਫਿਰ ਆਪਣੀ ਮਤਹਿਰ ਬੜੀ ਤਾਂ ਇੱਕ ਲਾਈ ਫੜ ਕੇ ਬੈਠ ਵਕੀਲ ਦਾ ਕੁੱਤਾ ਹੋ ਗਿਆ ਜ਼ਹਿਰ ਨਾ ਮਰਨਾ ਪਿਆ ਵਾਹ ਉਹ ਕੁੱਤਾ ਫਿਰ ਟੋਣ ਉੱਠ ਕੇ ਬਹਿ ਗਿਆ ਪਹਿਲੀ ਕਰਾਮਤ ਹੈ ਸਰਕਾਰ ਨੇ ਵਾਹ ਕੀ ਬਾਤ ਹੈ ਮਾਸ਼ਾਅੱਲਾ ਮਜ਼ਾ ਆ ਗਿਆ ਕਰਾਮਤ ਸੁਣ ਕੇ ਇਸ ਵੇਲੇ ਉਹ ਇੰਨੀ ਗੱਲ ਉਹਨੇ ਦੇਖੀ ਨੌਕਰ ਨੇ ਤੁਹਾਨੂੰ ਜਾ ਕੇ ਦੱਸਿਆ ਉਹਨੇ ਆ ਗਿਆ ਵੀ ਗੱਲ ਸੁਣੋ ਕੰਮ ਹੋਰ ਜੇ ਠੀਕ ਅਤੇ ਮੈਂ ਜਿਸ ਤਰ੍ਹਾਂ ਤੁਹਾਨੂੰ ਆਖਦਾ ਬਾਬਾ ਮੰਨ ਜਾਓ ਅਤੇ ਜਗ੍ਹਾ ਛੱਡ ਦਿਓ ਫਿਰ ਹੁਣ ਉਹਨਾਂ ਦਾ ਨਿਕਲਣ ਨੂੰ ਦਿਲ ਨਾ ਕਰੇ ਉਹਨਾਂ ਨੇ ਫਿਰ ਇੱਕ ਬਹਾਨਾ ਲਾਇਆ ਉਹਨਾਂ ਆਖਿਆ ਜਨਾਬ ਗੱਲ ਉਹਨਾਂ ਸਲਾਹ ਆਪਸ 'ਚ ਬਣਾਈ ਵੀ ਸ਼ਿਕਾਰ ਦੇ ਬਹਾਨੇ ਸਰਕਾਰ ਨੂੰ ਜੰਗਲ 'ਚ ਲੈ ਚੱਲਣੇ ਉੱਥੇ ਬਾਰੇ ਟੋਕੇ ਤਾਂ ਉੱਥੇ ਨਾਪਾਵਾਂਗੇ ਅਤੇ ਆ ਗਏ ਹਾਂਜੀ ਫਿਰ ਟੁੱਕੇ ਕਰਾਂਗੇ ਉਹਨੂੰ ਸਰਕਾਰ ਨੂੰ ਕਹਿੰਦੇ ਨੇ ਕਿ ਜੀ ਅਸੀਂ ਜਨਾਬ ਆਖਰੀ ਸਾਡੀ ਖਾਹਿਸ਼ ਪੂਰੀ ਕਰ ਦਿਓ ਕਿ ਅਸੀਂ ਸ਼ਿਕਾਰ 'ਤੇ ਜਾਣਾ ਸਾਡੇ ਨਾਲ ਸ਼ਿਕਾਰ 'ਤੇ ਚਲੋ ਫਿਰ ਵਾਪਸ ਆ ਕੇ ਤਾਂ ਅਸੀਂ ਚਲੇ ਜਾਵਾਂਗੇ ਸਰਕਾਰ ਨੇ ਆਖਿਆ ਯਾਰ ਗੱਲ ਸੁਣੋ ਇਹ ਸਾਡਾ ਫਕੀਰਾਂ ਦਾ ਕੰਮ ਨਹੀਂ ਸ਼ਿਕਾਰ ਖੇਡਣਾ ਇਹ ਤੁਹਾਡਾ ਰਾਜਿਆਂ ਮਹਾਰਾਜਿਆਂ ਦਾ ਕੰਮ ਹੈ ਅਤੇ ਜਾਓ ਤੁਸੀਂ ਸ਼ਿਕਾਰ ਖੇਡੋ ਅਤੇ ਖੇਡ ਕੇ ਚਲੇ ਜਾਓ ਅਤੇ ਮੈਨੂੰ ਨਾ ਸ਼ਿਕਾਰ ਖੜੋ ਉਹ ਨਹੀਂ ਜੀ ਸਾਡੀ ਜਨਾਬ ਰਹਿ ਤਾਂ ਦੇ ਕਿ ਤੁਸੀਂ ਸਾਡੇ ਨਾਲ ਚੱਲੋ ਸਰਕਾਰ ਕਹਿੰਦੇ ਅੱਛਾ ਚਲੋ ਹੁਣ ਤੁਸੀਂ ਪਹੁੰਚੋ ਅਸੀਂ ਵੀ ਆ ਰਹੇ ਜੰਗਲ 'ਚ ਹੁਣ ਉੱਥੇ ਜੰਗਲ 'ਚ ਜਾ ਕੇ ਅਤੇ ਉਦੋਂ ਵੀ ਬੜਾ ਵੱਡਾ ਜੰਗਲ ਘਣਾ ਜੰਗਲ ਹੁੰਦਾ ਜੀ ਜੀ ਠੀਕ ਹੈ ਅਤੇ ਜਿਸ ਵੇਲੇ ਸਰਕਾਰ ਜਨਾਬ ਚਲੇ ਗਏ ਨਾ ਉੱਥੇ ਜਾ ਕੇ ਉਹਨਾਂ ਨੇ ਸੋਚਿਆ ਜੀ ਜੀ ਕਿ ਯਾਰ ਬਾਬਾ ਆਇਆ ਨੇ ਠੀਕ ਹੈ ਸਾਨੂੰ ਉੱਥੋਂ ਦਾ ਇੱਥੋਂ ਦਾ ਕਹਿ ਕੇ ਅਤੇ ਆਪ ਅਜੇ ਇੰਨੀ ਗੱਲ ਹੀ ਸੋਚਦੇ ਪਏ ਨੇ ਅਤੇ ਸਰਕਾਰ ਦਾ ਸ਼ੇਰ ਦੇ ਉੱਤੇ ਘੋੜਿਆਂ ਤੋਂ ਥੱਲੇ ਚੁੱਟੇ ਗਏ ਗੁੱਲੂ ਡੰਡੇ ਸਾਰਿਆਂ ਨੂੰ ਜਲ ਗਏ ਇੱਕ ਇੱਕ ਬੰਦੇ ਨੂੰ ਦੋ ਦੋ ਸ਼ੇਰ ਖਾਣ ਵਾਸਤੇ ਆ ਰਹੇ ਤੇ ਬੜੀ ਸਪੀਡ ਨਾਲ ਆ ਰਹੇ ਨੇ ਠੀਕ ਹੈ ਉਹਨੇ ਜਿਹੜੇ ਉਹ ਮੰਦਰ ਵੇਖਿਆ ਨਾ ਤੇ ਸਰਕਾਰ ਨੂੰ ਕਹਿੰਦੇ ਨੇ ਕਿ ਜਨਾਬ ਸਾਡੀ ਜਾਨ ਛਡਾ ਹੋਈ ਨਾ ਸ਼ੇਰਾਂ ਜਿੱਥੇ ਤੁਸੀਂ ਆਖਦੇ ਹੋ ਚਲੇ ਜਾਂਦੇ ਵਾਹ ਤੇ ਲਿਹਾਜ਼ਾ ਸਾਡੀ ਸ਼ੇਰਾਂ ਕੋਲ ਜਾਣ ਬੋਚੀ ਕਰਾਓ ਜੀ ਜੀ ਤੁਸੀਂ ਬੜੇ ਭਾਈ ਇਤਿਹਾਸ ਛੋੜੇ ਠੀਕ ਹੈ ਹਾਂਜੀ
ਅਬਦੁਲ ਸਲਾਮ ਚਿਸ਼ਤੀ ਅਲਮਰੂਫ ਬੜਾ ਭਾਈ ਅਲਮਰੂਫ ਇਹ ਬੜਾ ਭਾਈ ਉਸ ਦਿਨ ਖਤਾਬ ਮਿਲਿਆ ਸਰਕਾਰ ਨੂੰ ਠੀਕ ਹੋ ਗਿਆ ਠੀਕ ਬੜੇ ਹੋ ਜਨਾਬ ਸਾਡੀ ਜਾਨ ਛਡਾਓ ਸਰਕਾਰ ਨੇ ਫਿਰ ਸ਼ੇਰਾਂ ਨੂੰ ਇਸ਼ਾਰਾ ਕੀਤਾ ਸ਼ੇਰ ਵਾਪਸ ਚਲੇ ਗਏ ਉਹ ਫਿਰ ਜਨਾਬ ਆਪਣਾ ਸਿੱਧੇ ਪੱਧਰ ਹੋ ਗਏ ਆ ਗਏ ਕੁੱਲੇ ਪਰ ਨਾ ਹੈ ਪੂਰੇ ਜਿਲ੍ਹੇ ਤੇ ਆ ਗਏ ਤੋਂ ਫਿਰ ਉਹਨਾਂ ਦਾ ਤੁਰ ਉਹਨੂੰ ਦਿਲ ਨਾ ਕਰੇ ਮਹੱਲ ਜੀ ਸਨ ਏਡੇ ਏਡੇ ਵੱਡੇ ਉਹਨਾਂ ਦੇ ਹਾਂਜੀ ਤੁਸੀਂ ਭਾਈ ਉਹ ਕੁੰਡਕ ਨੂੰ ਦਿਲ ਨਹੀਂ ਕਰਦਾ ਠੀਕ ਹੈ ਉਹ ਜਿਸ ਵੇਲੇ ਸ਼ਾਮ ਦਾ ਟਾਈਮ ਹੋਇਆ ਨਾ ਤਾਂ ਫਿਰ ਮਹੱਲ ਡਿਗੜੇ ਸ਼ੁਰੂ ਹੋਏ ਇਹ ਸਾਰੇ ਟਿੱਬੇ ਜਿਹੜੇ ਨੇ ਮਹੱਲ ਗਿਰੇ ਨੇ ਸਾਰੇ ਠੀਕ ਹੋ ਗਏ ਜੀ ਤੇ ਦੜ ਦੜ ਸ਼ੁਰੂ ਹੋਈ ਜਿਹਨੇ ਫਿਰ ਆਪਣੀਆਂ ਜਾਨਾਂ ਬਚਾ ਕੇ ਨਿਕਲੇ ਕਈ ਨਹੀਂ ਵੀ ਨਿਕਲੇ ਹਾਂਜੀ ਕਈਆਂ ਦੇ ਅੰਦਰ ਮਾਲ ਇੱਥੇ ਬੜਾ ਬੜਾ ਲੋਕਾਂ ਨੂੰ ਲੱਭਾ ਸੋਨੇ ਚਾਂਦੀਆਂ ਠੀਕ ਹੋ ਗਏ ਏਡੇ ਏਡੇ ਭਾਂਡੇ ਦੇਗਾ सरकार ने फरमाया उ चले जाओ रहना वैसे तो भी जाके कट नहीं झूठ बोलिया हूं रहना कट नहीं बचना तुसी कोई नहीं बहुत मजा आया बहुत मजा आया जी थोड़ी गल और साडा ईमान होर मजबूत होया जनाब जी सलाम अलैकुम बुजुर्गो वालेकुम सलाम जनाब की हाल है जनाब ठीक हो अपना इसमें ग्रामी की है जनाब जनाब तसव्वुर हुसैन ते केड़ी जगह तो आए जनाब असी साडा पिंड बसिंदे आ एहो पिंड साडा वड्डा भाई मसरूर अच्छा ठीक हो गया ठीक हो गया ते सब तो पहले सरकार जदो आए ना मेरे दादा जी इत्थे कवाल सन जी जी हां जी हां जी मेरे दादा जी इत्थे कवाल सन अद्धी रात तो मतलब 12 बजे तो बाद आते सन इत सरकार की मदा सरकार की नाज जो भी सरकार का हो बोलते चलते सन वाह क्या बात है तो उन्होंने जनाब मेरी फिर किसी ने हथों ना एवं किसी ने आख्या तू अद्धी रात को आ जाना तो तू मतलब दिन चढ़ते आया कर तो इतने ना ही तू आया कर ठीक है तो मेरे जो दादा जी से ना फिर घर चला गए तो 8 दिन नहीं आए सरकार मेरे दादा जी ठीक है 8वें दिन फिर सरकार फिर मेरे दादा जी को घर चल के गए क्या बात है क्या बात है जाके आख्या तो सोनू राव का नाम थी सोनू राव तू क्यों नहीं आ रहा भी 8 दिन तो क्यों नहीं आ रहा उन्हें आख्या जी एवं किसी नौते मैनू कोई झिड़क जी दी उसकी वजह तो मैं नहीं आ रहा ठीक है उन्हें आख्या नहीं नहीं वह कोई झिड़क झुड़क नहीं है तो चल तू मेरे नाल उस तो फिर उन्हें गाया बेड़ा सज्जणा नाल भरिया बेड़ा मित्रा नाल भरिया सरकार फिर लैके मेरे दादा जी ने इतने फिर दरबार के उत्ते पहुंचे ने तो फिर सरकार ने मंजूरी की फिर उदों तो असी पता नहीं मेरे ख्याल को 300 या 250 साल की गल 250 साल पहले की गल है बड़ी देर की गल है बड़ी गल है बड़ी गल है इस वास्ते असी कहने असी बसिंदे हाँ असी जद्दी पुश्ती कोहाल हाँ सरकार सरकार दे सरकार दे ठीक है ठीक है ठीक है तारी यार मिलन दुख कटन हजारा शुक्र करा लखवारी यार मिलन दुख कटन हजारा शुक्र करा लखवारी दिल बारे दुख दिल बारे मुख वकाम का नाही दाद मेरा किस धोना सज्जन दा दर छोड़ मोहम्मद किस दर जाग जगाए सज्जन दा दर छोड़ मोहम्मद किस दर जाग जगाए माली दा कम माली दा कम पानी देना
ਕੱਢ ਲਿਆ ਭਰ ਲੈ ਕੁੜੀਏ ਜੇ ਤੂੰ ਦੁਭਾਂਦਾ ਭਰ ਜੇ ਤੂੰ ਦੁਭਾਂਦਾ ਸ਼ਾਮ ਪਈ ਦਿਨ ਸ਼ਾਮ ਘਰ ਜਾਂਦੇ ਸ਼ਾਮ ਦਿਨ ਸ਼ਾਮ ਮੁਹੰਮਦ ਘਰ ਜਾਂਦੀ ਨੇ ਘਰ ਵਾਜ ਮਿਲਾਪ ਸਜਨ ਦੇ ਓ ਸਿਆਣਾ ਜਾਣੋ ਯਾਰਾ ਰੋਜ਼ ਨਾ ਜਾਣੇ ਓ ਸਿਆਣਾ ਜਾਣੋ ਯਾਰਾ ਰੋਜ਼ ਨਾ ਜਾਣੇ ਜਿਸ ਦਿਲ ਅੰਦਰ ਦਰਦ ਨੀ ਰੱਖਿਆ ਪੁੱਤੇ ਨੂੰ ਸੁਤਮ ਮਾਲਕ ਦੇ ਘਰ ਰਾਖੀ ਕਰਦੇ ਸਾਬਰ ਬੁੱਖੇ ਮਾਲਕ ਦੇ ਘਰ ਰਾਖੀ ਕਰਦੇ ਸਾਬਰ ਬੁੱਖੇ ਬਸ ਹੁਣ ਸਾਡਾ ਬਸ ਨਹੀਂ ਚੱਲਦਾ ਮੁਹੰਮਦ ਨਸ ਜਾਣਾ ਯਾਰੋ ਲਿਸੇ ਦਾ ਕੀ ਗੌਰ ਮੁਹੰਮਦ